ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਸੰਧੂ ਫੈਮਿਲੀ ਕਿਚਨ 'ਚ। ਅਤੇ ਮੈਂ ਜਾ ਰਹੀ ਹਾਂ ਅੱਜ ਆਲੂ ਔਰ ਪਨੀਰ ਬਣਾਉਣ 'ਤੇ, ਆਓ ਚੱਲੀਏ। ਅਤੇ ਆਲੂ ਪਨੀਰ ਬਣਾਉਣ ਵਾਸਤੇ ਆਇਆ ਜੀ ਮੇਰੇ ਆਲੂ, ਇੱਕ ਆਲੂ ਕੱਟਿਆ ਮੈਂ ਵੱਡੇ ਵਾਲਾ, ਠੀਕ ਹੈ। ਇਹ ਪਨੀਰ ਮੇਰਾ ਜਿਹਨੂੰ ਮੈਂ ਫਰਾਈ ਕਰ ਲਿਆ ਚੰਗੀ ਤਰ੍ਹਾਂ, ਇਸ ਤਰ੍ਹਾਂ ਦਾ ਵਧੀਆ ਵਾਲਾ। ਇਹ ਇੱਕ ਪਿਆਜ਼ ਮੇਰਾ, ਅਤੇ ਇਹ ਹੈ ਟਮਾਟਰ ਵੱਡੇ ਵਾਲਾ ਇੱਕ, ਅਤੇ ਲਸਣ ਅਦਰਕ ਦੀ ਪੇਸਟ ਹੋਣੇ ਦੱਸ ਦਿਆਂਗੀ ਮੈਂ ਤੁਹਾਨੂੰ। ਅਤੇ ਸਭ ਤੋਂ ਪਹਿਲੇ ਪਾਵਾਂਗੀ ਜੀ ਮੈਂ ਪਿਆਜ਼ ਜਿਹੜਾ ਮੈਂ ਕੱਟ ਕੇ ਰੱਖਿਆ ਹੋਇਆ, ਠੀਕ ਹੈ। ਕਰਾਂਗੀ ਫਲੇਮ ਤੇਜ਼ ਕਿ ਜਲਦੀ ਨਾਲ ਹੋ ਜਾਏ। ਪਨੀਰ ਬਹੁਤ ਤਰੀਕੇ ਨਾਲ ਬਣਦਾ ਹੈ। ਜਿਨ੍ਹਾਂ ਲੋਕਾਂ ਨੂੰ ਪਨੀਰ ਖਾ ਕੇ ਦਿੱਕਤ ਆਉਂਦੀ ਹੈ ਨਾ, ਕੀ ਕਹਿੰਦੇ ਨੇ ਹੈਵੀ ਲੱਗਦਾ ਹੈ ਜਾਂ ਜਲਨ ਹੁੰਦੀ ਹੈ, ਅਤੇ ਉਹਨਾਂ ਵਾਸਤੇ ਇਹ ਆਸਾਨ ਤਰੀਕਾ ਹੈ ਕਿ ਪਨੀਰ ਨੂੰ ਪਹਿਲੇ ਕਰ ਲੈਣ ਫਰਾਈ ਚੰਗੀ ਤਰ੍ਹਾਂ। ਇਹਦੇ ਨਾਲ ਕੀ ਹੁੰਦਾ, ਪਨੀਰ ਹੋ ਜਾਂਦਾ ਹਲਕਾ, ਅਤੇ ਕੋਈ ਇਹੋ ਜਿਹੀ ਦਿੱਕਤ ਆਉਂਦੀ ਨਹੀਂ। ਅਤੇ ਮੈਂ ਵੀ ਕੱਚਾ ਪਨੀਰ ਮੈਂ ਨਹੀਂ ਖਾ ਸਕਦੀ, ਇਸੇ ਤਰ੍ਹਾਂ ਦਾ ਬਣਿਆ ਹੋਇਆ ਤਾਂ ਮੈਂ ਖਾ ਲੈਂਦੀ ਹਾਂ, ਅਤੇ ਬਹੁਤ ਟੇਸਟੀ ਲੱਗਦਾ ਮੈਨੂੰ ਇਸ ਤਰ੍ਹਾਂ ਦਾ ਪਨੀਰ। ਬੱਚਿਆਂ ਨੂੰ ਤਾਂ ਦੂਸਰਾ ਹੀ ਪਸੰਦ ਆਉਂਦਾ ਮਟਰ ਪਨੀਰ ਵਗੈਰਾ, ਅਤੇ ਉਹਨਾਂ ਵਾਸਤੇ ਬਣ ਜਾਂਦਾ। ਅੱਜ ਮੈਂ ਬਣਾਉਣ ਜਾ ਰਹੀ ਹਾਂ ਆਪਣੇ ਵਾਸਤੇ ਸਪੈਸ਼ਲ, ਅਤੇ ਰੰਮੀ ਪਤਾ ਕੀ ਕਹੇਗੀ, ਰੰਮੀ ਕਹੇਗੀ ਗਰੀਬਾਂ ਵਾਲੀ ਸਬਜ਼ੀ, ਪਰ ਮੈਨੂੰ ਇਹ ਬਹੁਤ ਪਸੰਦ ਹੈ। ਇਹ ਮੇਰਾ ਮਜ਼ਾਕ ਉਡਾਉਂਦੇ ਨੇ, ਮੈਨੂੰ ਪਸੰਦ ਹੈ, ਮੈਂ ਕਦੀ ਕਦੀ ਬਣਾ ਲੈਂਦੀ ਹਾਂ ਜਦ ਮੇਰਾ ਦਿਲ ਕਰਦਾ। ਅਤੇ ਪਿਆਜ਼ ਦੇਖੋ ਜੀ ਮੇਰੇ ਹੋ ਚੁੱਕੇ ਨੇ ਡਾਰਕ ਬਰਾਊਨ, ਅਤੇ ਹੁਣ ਮੈਂ ਕੀ ਕਰਾਂਗੀ, ਲਸਣ ਅਦਰਕ ਦੀ ਪਾਵਾਂਗੀ ਪੇਸਟ, ਠੀਕ ਹੈ। ਲਓ ਪਾ ਕੇ ਥੋੜ੍ਹੀ ਦੇਰ ਹੀ ਬਣਾਉਂਗੀ ਇਹਨੂੰ, ਅਤੇ ਹੋ ਜਾਏਗਾ ਬਹੁਤ ਜਲਦੀ ਪਿਆਜ਼ਾਂ ਦੇ ਨਾਲ ਹੀ। ਇਹ ਦੇਖੋ ਜੀ, ਠੀਕ ਆ। ਤੇ ਹੁਣ ਪਾ ਦਾਂਗੇ ਅਸੀਂ ਨਾਲ ਹੀ ਹਲਦੀ ਥੋੜੀ ਜਿਹੀ, ਥੋੜੀ ਜਿਹੀ ਪਾਵਾਂਗੇ ਮਿਰਚ, ਥੋੜਾ ਜਿਹਾ ਪਾਵਾਂਗੇ ਨਮਕ, ਕਿਉਂਕਿ ਸਬਜ਼ੀ ਸਾਡੀ ਥੋੜੀ ਹੀ ਹੈ, ਜ਼ਿਆਦਾ ਨਹੀਂ ਹੈ, ਠੀਕ ਹੈ ਜੀ। ਹੋ ਗਿਆ ਮਸਾਲਾ ਸਾਡਾ ਰੈਡੀ। ਹੁਣ ਪਾਵਾਂਗੇ ਅਸੀਂ ਥੋੜ੍ਹਾ ਜਿਹਾ ਪਾਣੀ ਇਹਦੇ 'ਚ, ਲਸਣ ਅਦਰਕ ਦੀ ਪੇਸਟ ਜਿਹਦੇ 'ਚ ਬਣਾਈ ਸੀ ਉਹੀ ਪਾਣੀ ਪਾ ਦਿਓ। ਦੇਖੋ ਜੀ ਮਸਾਲਾ ਸਾਡਾ ਹੋ ਜਾਏਗਾ ਵਧੀਆ ਵਾਲਾ, ਫਸਟ ਕਲਾਸ ਜਿਹਾ। ਅਤੇ ਹੁਣ ਜਾਵਾਂਗੇ ਟਮਾਟਰ ਪਾਉਣ, ਪੈ ਗਏ ਸਾਡੇ ਟਮਾਟਰ। ਤੇ ਕਈ ਕਿਸੇ ਨੇ ਮੈਨੂੰ ਕਿਹਾ ਸੀ ਕਿ ਆਂਟੀ ਜੀ ਟਮਾਟਰ ਨਾ ਪਹਿਲੇ ਕੱਟ ਲਿਆ ਕਰੋ, ਤੇ ਬੇਟਾ ਜੀ ਆਂਟੀ ਦੀ ਸਪੀਡ ਇੰਨੀ ਹੈਗੀ ਹੈ, ਕਈ ਸਬਜ਼ੀਆਂ ਤੋਂ ਮੈਂ ਨਾਲ ਦੇ ਨਾਲ ਖੜੇ ਹੋ ਗਏ, ਇੱਦਾਂ ਹੀ ਕਰ ਲੈਂਦੀ ਹਾਂ। ਐਨੀ ਕਿ ਘੰਟਾ ਲਗਾ ਕੇ ਪਹਿਲੇ ਮਸਾਲਾ ਕੱਟੋ ਜੀ, ਟਮਾਟਰ ਤੱਕ ਕੱਟ ਲਓ, ਟਮਾਟਰ ਦੇ ਨਾਲ ਹੀ ਕੱਟੇ ਜਾਣਗੇ, ਕੋਈ ਦਿੱਕਤ ਨਹੀਂ ਆ। ਦੇਖਿਆ ਜਾਂਦਾ ਕਿ ਸਬਜ਼ੀ ਕਿਹੜੀ ਬਣਾ ਰਹੇ ਹੋ ਤੁਸੀਂ। ਰਾਜਮਾ ਸੀ ਉਹਦੇ 'ਚ ਮੈਨੂੰ ਟਾਈਮ ਮਿਲ ਰਿਹਾ ਸੀ, ਅਤੇ ਮੈਂ ਇੰਨਾ ਟਾਈਮ ਨਾ ਕਦੀ ਵੇਸਟ ਨਹੀਂ ਕੀਤਾ, ਟਾਈਮ ਦੀ ਵੀ ਬੱਚਤ ਕਰਨੀ ਚਾਹੀਦੀ ਹੈ ਸਾਨੂੰ। ਅਤੇ ਸੂਟ 'ਤੇ ਕਮੈਂਟ ਬਹੁਤ ਆਏ ਨੇ ਤੁਹਾਡੇ ਸਭ ਦੇ, ਅਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ। ਅਤੇ ਕਿਸੇ ਨੇ ਇਹ ਵੀ ਪੁੱਛਿਆ ਕਈ ਲੋਕਾਂ ਨੇ ਕਿ ਤੁਸੀਂ ਸੂਟ ਲਿਆ ਕਿੱਥੋਂ ਹੈ, ਮੈਂ ਸੂਟ ਇੱਥੋਂ ਹੀ ਲਿਆ ਜਿੱਥੇ ਅਸੀਂ ਰਹਿੰਦੇ ਹਾਂ TDI 'ਚੋਂ। ਇੱਥੇ ਕੋਈ ਲੇਡੀਜ਼ ਲੈ ਕੇ ਆਉਂਦੀ ਹੈ ਸੂਟ, ਘਰੇ ਹੀ ਵੇਚਦੇ ਆ ਉਹ, ਅਤੇ ਉਹਨਾਂ ਤੋਂ ਹੀ ਲਿਆ ਮੈਂ। ਦੇਖੋ ਜੀ ਹੁਣ ਪਾਵਾਂਗੀ ਪਨੀਰ ਮੈਂ,
ਇਸ ਤਰ੍ਹਾਂ ਬਣਾਉਣ ਨਾਲ ਪਨੀਰ ਬਣਦਾ ਬਹੁਤ ਟੇਸਟੀ ਔਰ ਹੋ ਜਾਂਦਾ ਬਹੁਤ ਹਲਕਾ, ਕੋਈ ਦਿੱਕਤ ਨਹੀਂ ਰਹਿੰਦਾ, ਹੈਵੀ ਨਹੀਂ ਰਹਿੰਦਾ। ਬਹੁਤ ਤਰੀਕੇ ਨੇ ਪਨੀਰ ਬਣਾਉਣ ਦੇ, ਮਟਰ ਪਨੀਰ ਬਣਾਓ, ਆਲੂ ਪਨੀਰ ਬਣਾਓ, ਪਾਲਕ ਪਨੀਰ ਬਣਾਓ। ਪਾਲਕ ਪਨੀਰ ਬਹੁਤ ਜਲਦੀ ਬਣਾਉਣ ਵਾਲੀ ਹਾਂ ਮੈਂ। ਪਾਲਕ ਚੰਗੀ ਮਿਲੀ ਨਹੀਂ ਸੀ ਬਰਸਾਤਾਂ ਕਰਕੇ ਨਾ, ਪਾਲਕ ਥੋੜ੍ਹੀ ਗਲੀ ਗਲੀ ਆ ਰਹੀ ਸੀ, ਅਤੇ ਜਿਸ ਤਰ੍ਹਾਂ ਹੀ ਮੈਨੂੰ ਮਿਲੀ ਮੈਂ ਬਹੁਤ ਜਲਦੀ ਬਣਾਵਾਂਗੀ ਅਤੇ ਸ਼ੋਅ ਕਰਾਂਗੀ। ਅੱਛਾ, ਦੂਸਰੀ ਗੱਲ ਹੋਰ ਕਿ ਕੜੀ ਪੱਤੇ ਵਾਸਤੇ ਬੜੇ ਕਮੈਂਟ ਆਏ ਨੇ, ਅਤੇ ਦੇਖੋ ਜੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੂਸਰਿਆਂ ਨੂੰ ਦੇਖੋ ਕਿ ਦੂਸਰੇ ਨੇ ਕੀ ਪਾਇਆ ਹੈ, ਕੀ ਪਾਉਣਾ ਚਾਹੀਦਾ, ਐਕਸਪੈਰੀਮੈਂਟ ਕਰਕੇ ਦੇਖਣਾ ਚਾਹੀਦਾ। ਜਿਹੜੀ ਚੀਜ਼ ਦਾ ਫਾਇਦਾ ਤੁਸੀਂ ਕਰੋ, ਕੁਛ ਨਵਾਂ ਵੀ ਕਰੋ। ਜ਼ਰੂਰੀ ਨਹੀਂ ਹੈ ਕਿ ਹਾਂ ਰਾਜਮਾਂ 'ਚ ਕੜੀ ਪੱਤਾ ਨਹੀਂ ਪੈਂਦਾ ਅਤੇ ਪਾਉਣਾ ਜੁਰਮ ਹੋ ਗਿਆ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਫਾਇਦਾ ਦਿੰਦਾ ਤਾਂ ਤੁਸੀਂ ਪਾਓ, ਕੁਛ ਹੋਰ ਚੀਜ਼ ਵੀ ਅਗਰ ਫਾਇਦੇ ਵਾਲੀ ਹੈ ਤਾਂ ਤੁਸੀਂ ਐਡ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਲੋਕ ਨਹੀਂ ਪਾਉਂਦੇ ਤਾਂ ਤੁਸੀਂ ਨਹੀਂ ਪਾਉਣਾ, ਜਾਂ ਲੋਕ ਪਾਉਂਦੇ ਨੇ ਤਾਂ ਤੁਸੀਂ ਉਹੀ ਸਭ ਕੁਛ ਪਾਉਣਾ। ਐਕਸਪੈਰੀਮੈਂਟ ਕਰਕੇ ਦੇਖਿਆ ਕਰੋ, ਅਤੇ ਕਰਦੇ ਕਰਦੇ ਮੈਨੂੰ ਹੋ ਗਿਆ ਬਹੁਤ ਟਾਈਮ, ਅਤੇ ਮੈਨੂੰ ਪਤਾ ਕੀ ਪਾਉਣਾ ਅਤੇ ਕੀ ਨਹੀਂ ਪਾਉਣਾ। ਹੁਣ ਜਿਹੜਾ ਬੰਦਾ 50 ਸਾਲ ਤੋਂ ਕੁਕਿੰਗ ਕਰ ਰਿਹਾ ਤਾਂ ਤੁਹਾਨੂੰ ਪਤਾ ਉਹਨੂੰ ਤਜਰਬਾ ਤਾਂ ਹੋ ਹੀ ਜਾਏਗਾ, ਚਾਹੇ ਉਹ ਕੋਈ ਵੀ ਹੈ, ਕੋਈ ਵੀ ਕੰਮ ਕਰ ਰਿਹਾ ਤੁਸੀਂ ਉਹਦੇ 'ਚ ਮਾਹਿਰ ਹੋ ਹੀ ਜਾਓਗੇ। ਕਰਦੇ ਕਰਦੇ ਪਤਾ ਚੱਲਦਾ ਟੇਸਟ ਦਾ ਕੀ ਫਰਕ ਹੈ, ਕੀ ਸਾਨੂੰ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਬਹੁਤ ਲੋਕ ਨੇ ਕਰਦੇ ਨੇ ਕਮੈਂਟ ਜੀ ਅਸੀਂ ਪਿਆਜ਼ ਪਾਉਂਦੇ ਹਾਂ, ਅਸੀਂ ਟਮਾਟਰ ਪਾਉਂਦੇ ਹਾਂ। ਬਈ ਤੁਸੀਂ ਪਾਉਂਦੇ ਹੋ, ਨਹੀਂ ਪਾਓਗੇ ਉਸ ਸਬਜ਼ੀ 'ਚ, ਨਾ ਪਾ ਕੇ ਦੇਖੋ ਫਿਰ ਕਿਸ ਤਰ੍ਹਾਂ ਦਾ ਟੇਸਟ ਆਉਂਦਾ। ਜ਼ਰੂਰੀ ਨਹੀਂ ਹੈ ਕਿ ਉਹ ਹੀ ਸਭ ਕੁਛ ਪਾਈ ਜਾਣਾ ਹਰ ਸਬਜ਼ੀ 'ਚ, ਹਰ ਸਬਜ਼ੀ ਦਾ ਆਪਣਾ ਆਪਣਾ ਬਣਾਉਣ ਦਾ ਤਰੀਕਾ ਹੁੰਦਾ, ਟੇਸਟ ਦਾ ਫਰਕ ਹੋ ਜਾਂਦਾ ਪਾਉਣ ਔਰ ਨਾ ਪਾਉਣ ਨਾਲ। ਮੇਰਾ ਦੇਖੋ ਮਸਾਲਾ ਫਸਟ ਕਲਾਸ ਹੋ ਗਿਆ ਹੈ ਵਿੱਚ ਮਿਕਸ, ਅਤੇ ਚੰਗੀ ਤਰ੍ਹਾਂ ਅਸੀਂ ਆਲੂਆਂ ਨੂੰ 5 ਮਿੰਟ ਦਿਆਂਗੇ, ਚੰਗੀ ਤਰ੍ਹਾਂ ਘਿਓ ਵਿੱਚ ਫਰਾਈ ਹੋ ਜਾਣਾ ਮਸਾਲੇ 'ਚ। ਕਲਰ ਤੁਸੀਂ ਦੇਖ ਸਕਦੇ ਹੋ ਅਤੇ ਹਾਲੇ ਹੋਰ ਆਉਣ ਵਾਲਾ ਇਹਦੇ 'ਚ। ਥੋੜ੍ਹਾ ਜਿਹਾ ਕਰਾਂਗੀ ਮੈਂ ਪਾਣੀ ਐਡ। ਬਹੁਤ ਲੋਕਾਂ ਦੇ ਤਾਂ ਕਮੈਂਟ ਆਉਂਦੇ ਨੇ ਕਿ ਅਸੀਂ ਬਣਾ ਕੇ ਦੇਖਿਆ ਜੀ ਬਹੁਤ ਅੱਛਾ ਬਣਿਆ, ਬਣਾਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਫਰਕ ਹੈ ਤੁਹਾਡੇ ਔਰ ਕਿਸੇ ਹੋਰ ਦੇ ਤਰੀਕੇ 'ਚ। ਮੈਂ ਨਹੀਂ ਕਹਿੰਦੀ ਕਿ ਮੇਰਾ ਤਰੀਕਾ ਸਭ ਤੋਂ ਵਧੀਆ, ਲੇਕਿਨ ਹਰ ਸਬਜ਼ੀ ਦਾ ਨਾ ਆਪਣਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ, ਅਤੇ ਸਬਜ਼ੀ ਬਣਦੀ ਹੈ ਕਈ ਤਰੀਕੇ ਨਾਲ। ਔਰ ਮੈਨੂੰ ਇਹ ਵੀ ਲੱਗਦਾ ਕਿ ਆਲੂ ਪਨੀਰ ਵੀ ਲੋਕ ਘੱਟ ਹੀ ਬਣਾਉਂਦੇ ਨੇ, ਇਸ ਤਰ੍ਹਾਂ ਕਰਕੇ ਬਣਾਓਗੇ ਤਾਂ ਪਤਾ ਚੱਲੇਗਾ। ਬਣਾ ਕੇ ਦੇਖਿਆ ਕਰੋ ਫਿਰ ਕਮੈਂਟ ਕਰਿਆ ਕਰੋ। ਇਹ ਜੀ ਕੁੱਕਰ ਕਰ ਦਿੱਤਾ ਹੈ ਬੰਦ, 5 ਮਿੰਟ ਬਾਅਦ ਫਿਰ ਖੋਲਦੇ ਹਾਂ ਅਸੀਂ ਅਤੇ ਦੇਖਦੇ ਹਾਂ ਕਿਵੇਂ ਦੀ ਬਣੀ ਸਾਡੀ ਸਬਜ਼ੀ। ਅਤੇ ਜੀ ਦੇਖਦੇ ਹਾਂ ਕੁੱਕਰ ਖੋਲ ਕੇ ਸਬਜ਼ੀ ਸਾਡੀ ਹੋ ਗਈ। ਲਓ ਜੀ ਫਸਟ ਕਲਾਸ ਹੋ ਗਈ ਸਬਜ਼ੀ ਤਿਆਰ, ਵਧੀਆ ਜਿਹੀ ਦੇਖ ਸਕਦੇ ਹੋ ਤੁਸੀਂ, ਬਹੁਤ ਵਧੀਆ ਹੈ। ਟੇਸਟ ਤੇ ਦਾ ਹੋਏਗਾ ਹੀ ਵਧੀਆ। ਬਸ ਹੁਣ ਪਾਵਾਂਗੇ ਗਰਮ ਮਸਾਲਾ, ਠੀਕ ਹੈ ਜੀ। ਗਰਮ ਮਸਾਲੇ ਦੀ ਵੀਡੀਓ ਮੈਂ ਪਾਈ ਹੋਈ ਹੈ, ਬਹੁਤ ਲੋਕਾਂ ਨੇ ਪੁੱਛਿਆ ਤੇ ਮੈਂ ਪਾ ਰੱਖੀ ਹੈ, ਤੁਸੀਂ ਦੇਖ ਸਕਦੇ ਹੋ ਪੇਜ ਤੇ। ਲਓ ਜੀ ਗਰਮ ਮਸਾਲਾ ਵੀ ਪੈ ਗਿਆ, ਹੁਣ ਹੋ ਗਈ ਸਬਜ਼ੀ ਬਿਲਕੁਲ ਤਿਆਰ, ਤੇ ਕਰਦੇ ਹਾਂ ਜੀ ਸ਼ੋ ਪਾ ਕੇ ਡੋਂਗੇ 'ਚ। ਤੇ ਲਓ ਜੀ ਸਾਡੀ ਸਬਜ਼ੀ ਤੇ ਹੋ ਗਈ ਤਿਆਰ, ਦੇਖੋ ਫਸਟ ਕਲਾਸ ਵਾਲੀ ਆਲੂ ਔਰ ਪਨੀਰ ਦੀ। ਤੁਸੀਂ ਵੀ ਬਣਾ ਕੇ ਜ਼ਰੂਰ ਦੇਖਣਾ, ਫਿਰ ਮੈਨੂੰ ਦੱਸਣਾ ਕਿ ਕਿਵੇਂ ਦੀ ਬਣੀ ਤੁਹਾਡੀ ਆਲੂ ਪਨੀਰ ਦੀ ਸਬਜ਼ੀ। ਇੱਕ ਅਲੱਗ ਤਰੀਕਾ, ਵੈਸੇ ਤਾਂ ਜ਼ਿਆਦਾਤਰ ਲੋਕ ਕੱਚਾ ਹੀ ਪਨੀਰ ਪਾਉਂਦੇ ਨੇ, ਕਿਸੇ ਵੀ ਤਰ੍ਹਾਂ ਮਟਰਾਂ ਵਿੱਚ ਜਾਂ ਪਾਲਕ ਵਿੱਚ,
ਇਹ ਮੇਰਾ ਆਪਣਾ ਤਰੀਕਾ ਹੈ ਤੇ ਤੁਸੀਂ ਦੇਖਣਾ ਇੱਕ ਵਾਰੀ ਬਣਾ ਕੇ, ਫਿਰ ਮੈਨੂੰ ਜ਼ਰੂਰ ਦੱਸਣਾ ਕਿ ਕਿਵੇਂ ਦੀ ਲੱਗੀ ਤੁਹਾਨੂੰ ਆਲੂ ਪਨੀਰ ਦੀ ਸਬਜ਼ੀ। ਤੇ ਵੀਡੀਓ ਨੂੰ ਕਰਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ, ਕਮੈਂਟ ਤੇ ਜ਼ਰੂਰ ਕਰਕੇ ਦੱਸਣਾ, ਤੇ ਪੇਜ ਫੋਲੋ ਵੀ ਤੁਸੀਂ ਕਰਨਾ ਹੀ ਹੈ। ਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਰੈਸਪੀ ਨਾਲ ਬਹੁਤ ਜਲਦੀ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।